ਸਸਤਰੀਆਕਾਲ ਜੀ ਕੀ ਹਾਲ ਚਾਲ ਜੀ ਮੈਂ ਲੱਕੀ ਗੱਗੀ ਦੇ ਨਾਲ ਲੈ ਕੇ ਆਇਆ ਇੱਕ ਵੀਡੀਓ ਕਮਾਲ ਜੀ ਕਮਾਲ ਜੀ ਕਮਾਲ ਜੀ ਲੋ ਗਾਇਸ ਅੱਜ ਆਪਾਂ ਚੱਲੇ ਆ ਬਹੁਤ ਵਧੀਆ ਘੁੰਮਣ ਫਿਰਨ ਸ਼ਾਮ ਦੇ ਵੱਜੇ ਆ 5 ਆਪਾਂ ਚਲੀਏ ਚਲੋ ਘੁੰਮਣ ਚਲੀਏ ਨਾਲ ਹੈਗਾ ਆਪਣਾ ਭਰਾ ਗੱਗੀ ਪਿੱਛੇ ਆਪਣੀ ਭੈਣ ਆਈ ਹੈ ਯੂਕੇ ਇੰਗਲੈਂਡ ਤੋਂ ਸਮਾਈਲੀ ਆ ਆਪਣੀ ਵੋਟੀ ਸੋਨੂ ਕੌਰ ਜਿਹਨੂੰ ਤੁਸੀਂ ਮਨੀਕਰਨ ਦੇ ਵਲੌਗ 'ਚ ਦੇਖਿਆ ਹੀ ਹੋਊਗਾ ਆਪਾਂ ਚੱਲੇ ਹਾਂ ਫਲਾਈ ਸਾਹਿਬ ਮੱਥਾ ਟੇਕਣ ਬਣੇ ਰਹੋ ਤੁਸੀਂ ਵੀਡੀਓ ਦੇ ਨਾਲ ਦੇਖੀ ਆਓ ਨਜ਼ਾਰੇ हो जा जरा मतलबी दुनिया की सुनता है क्यों खुद की भी सुन ले कभी
ਕਾਰ ਚ ਜਿਹੜੇ ਬੈਠੇ ਹੋ ਸੱਜਣੋ ਆਪਾਂ ਪਹੁੰਚ ਗਏ ਫਲਾਈ ਸਾਹਿਬ ਫਲਾਈ ਸਾਹਿਬ ਆਪਾਂ ਦਰਸ਼ਨ ਕਰਾਂਗੇ ਆ ਕੇ ਪਹਿਲਾਂ ਆਪਾਂ ਲੋਕੇਸ਼ਨ ਚੱਲਦੇ ਹਾਂ ਫੋਟੋ ਸ਼ੂਟ ਵਾਲੀ ਲੋਕੇਸ਼ਨ ਉੱਥੇ ਪ੍ਰੀ ਵੈਡਿੰਗ ਸ਼ੂਟ ਵੀ ਹੁੰਦੇ ਹੁੰਦੇ ਨੇ ਦਰਿਆ ਦੇ ਕੋਲ ਨਜ਼ਾਰਾ ਦੇਖੋ ਤੁਸੀਂ ਕਿੰਨਾ ਘੈਂਟ ਆ ਕਿੱਦਾਂ ਲੱਗਿਆ ਬਈ ਤੁਹਾਨੂੰ ਸਾਰਿਆਂ ਨੂੰ ਲੋਕੇਸ਼ਨ ਇਧਰੋਂ ਲੋਕੇਸ਼ਨ ਜਾਂਦੀ ਆ ਇਧਰ ਆ ਦੇਖੋ ਦਰਿਆ ਆ ਗਿਆ ਉਹ ਵਾਹ ਪਾਣੀ ਕਿੰਨਾ ਘੱਟ ਗਿਆ ਨਹੀਂ ਅੱਗੇ ਜਾਊ ਗੱਡੀ ਦਰਿਆ ਤਾਂ ਸੁੱਕ ਗਿਆ ਪਿੱਛੋਂ ਨਹੀਂ ਨਾ ਛੱਡਿਆ ਹੁਣ ਨਹੀਂ ਅੱਗੇ ਡੈਮ ਆ ਨਾ ਡੈਮ ਤੋਂ ਅੱਗੇ ਆ ਤੇ ਆਹ ਲੋਕੇਸ਼ਨ ਲੁਧਿਆਣੇ ਵਾਲਾ ਦਾ ਪਤਾ ਹੋਣੀ ਆ ਲੋਕੇਸ਼ਨ ਬਾਅਦ ਨੂੰ ਦੱਸ ਦਿੰਦਾ ਰਾੜਾ ਸਾਹਿਬ ਗੁਰਦੁਆਰੇ ਤੋਂ ਸਿੱਧਾ ਜਾਣਾ ਕੱਚੇ ਕੱਚੇ ਚਲੋ ਆਪਾਂ ਤੁਹਾਨੂੰ ਅੱਗੇ ਜਾ ਕੇ ਮਿਲਦੇ ਆ ਰੋਡ ਬਹੁਤ ਖਰਾਬ ਆ ਹੁਣ ਕੈਮਰਾ ਸਾਡੇ ਕੋਲ ਸਹੀ ਫੰਡ ਨਹੀਂ ਹੋ ਰਿਹਾ ਤੇ ਆ ਗਿਆ ਜੀ ਇਲੈਕਟਰੋ ਗ੍ਰਿਡ ਇੱਥੇ ਜੋਧਾ ਪਿੰਡ ਜਿੰਨੇ ਵੀ ਲਾਗੇ ਸਾਗੇ ਕੈਂਟ ਜੋਧਾ ਜਿੰਨੇ ਵੀ ਆ ਸਾਰਿਆਂ ਦੀ ਉਹ ਬਣਦੀ ਆ ਬਿਜਲੀ ਬਣਦੀ ਆ ਇਲੈਕਟਰੋ ਗ੍ਰਿਡ ਆ ਇਹ ਆਪਾਂ ਇਲੈਕਟਰੋ ਗ੍ਰਿਡ ਤੋਂ ਇਲੈਕਟਰੋ ਗ੍ਰਿਡ ਨੂੰ ਪਾਰ ਨਹੀਂ ਕਰਨਾ ਆਪਾਂ ਇਲੈਕਟਰੋ ਗ੍ਰਿਡ ਦੇ ਨਾਲ ਨਾਲ ਜਾਣਾ ਸਿੱਧਾ ਹੀ ਸਿੱਧਾ ਹੀ ਸਿੱਧਾ ਹੀ ਸਿੱਧਾ ਹੀ ਉਹਦੇ ਵਿੱਚ ਭਰਾਵਾ ਤਾਂ ਸੁੱਕੀ ਪਈ ਆ ਯਾਰ ਨਹਿਰ ਹੀ ਸੁੱਕੀ ਪਈ ਆ ਬੇਨਤੀ ਆ ਜੀ ਸਾਰਿਆਂ ਨੂੰ ਪਾਣੀ ਬਚਾਓ ਅੱਜ ਇਹ ਦਰਿਆ ਪਹਿਲੀ ਵਾਰ ਦੇਖਿਆ ਮੈਂ ਸੁੱਕਿਆ ਹੋਇਆ ਦਰਿਆ ਉਹ ਇੱਧਰ ਇੱਧਰ ਹਾਂ ਉੱਥੇ ਨਹੀਂ ਨਹੀਂ ਅੱਗੇ ਪਾਣੀ ਬਚਾਓ ਉਹ ਤਾਂ ਨੁਕਸਾਨ ਹੋ ਗਿਆ ਪਾਣੀ ਬਚਾਓ ਬਚਾਓ ਭਾਜੀ ਲੋ ਜੀ ਹੁਣ ਆਪਾਂ ਚੱਲਦੇ ਹਾਂ ਦਰਿਆ ਦੇਖਣ ਬਹੁਤ ਹੀ ਅਫਸੋਸ ਚਲੋ ਵਾਰ ਵਾਰ ਨਹੀਂ ਕਹਿਣਾ ਚਾਹੀਦਾ ਬਟ ਪੁਰਾਣੀ ਕਲਿੱਪ ਸ਼ਾਇਦ ਮੇਰੇ ਲੈਪਟੋਪ 'ਚ ਹੋਈ ਆ ਮੈਂ ਦੋਨੋਂ ਸਾਂਝੀ ਕਰੂੰਗਾ ਪਹਿਲਾਂ ਵੀ ਮੈਂ ਆਇਆ ਸੀ ਪਰ ਉਦੋਂ ਮੈਂ ਸ਼ੂਟ ਕਰਨਾ ਭੁੱਲ ਗਿਆ ਸੀਗਾ ਅਤੇ ਆਹ ਜਿਹੜੀ ਤੁਸੀਂ ਜਗ੍ਹਾ ਦੇਖ ਰਹੇ ਹੋ ਨਾ ਇੱਥੇ ਇੱਥੇ ਤੱਕ ਪਾਣੀ ਹੁੰਦਾ ਸੀਗਾ ਉਮੀਦ ਨਹੀਂ ਆ ਚਲੋ ਕੋਈ ਗੱਲ ਨਹੀਂ ਜਿਵੇਂ ਮਹਾਰਾਜ ਦੀ ਮਰਜ਼ੀ ਰਿਵਿਊ ਲਵਾਂਗੇ ਲਾਸਟ 'ਚ ਵੀ ਕਿਵੇਂ ਰਿਹਾ ਇਹਨਾਂ ਦਾ ਟੂਰ ਕਿਉਂਕਿ ਜਿਹੜੇ ਬਾਹਰੋਂ ਆਏ ਹੁੰਦੇ ਉਹਨਾਂ ਨੂੰ ਹਰਿਆਲੀ ਬਹੁਤ ਹੀ ਵਧੀਆ ਲੱਗਦੀ ਹੁੰਦੀ ਆ ਅਤੇ ਹਜੇ ਸ਼ੂਟ ਇਹਨਾਂ ਦਾ ਚੱਲਦਾ ਪਿਆ ਚਲੀਏ ਮੌਜਾਂ ਲੋ ਜੀ ਹੁਣ ਆਪਾਂ ਇੱਥੇ ਫੋਟੋ ਸ਼ੂਟ ਕਰ ਲਿਆ ਹੁਣ ਆਪਾਂ ਤੁਹਾਨੂੰ ਸਿੱਧਾ ਜਾ ਕੇ ਰਾੜਾ ਸਾਹਿਬ ਗੁਰਦੁਆਰੇ ਜਾ ਕੇ ਮਿਲਾਂਗੇ
ਪਹਿਲਾਂ ਭਾਜੀ ਹੁਣਾਂ ਦਾ ਰਿਵਿਊ ਲੈਣੇ ਆ ਗੱਗੀ ਭਾਜੀ ਕਿੱਦਾਂ ਲੱਗਿਆ ਫਿਰ ਬਹੁਤ ਘੈਂਟ ਆ ਯਾਰ ਸਾਰੇ ਜਿਹੜੇ ਜਿਹੜੇ ਦੇਖਦੇ ਜ਼ਰੂਰ ਆਇਓ ਬੜਾ ਮਨ ਲੱਗਦਾ ਕਿ ਨਾਲੇ ਹਰਿਆਲੀ ਹਰਿਆਲੀ ਹੈ ਗ੍ਰੀਨਰੀ ਸਾਰੀ ਬਹੁਤ ਘੈਂਟ ਜਗ੍ਹਾ ਬਸ ਇੱਕ ਪਾਣੀ ਦੀ ਕਮੀ ਹੈ ਇਸ ਟਾਈਮ ਜ਼ਰੂਰ ਪਾਣੀ ਦੀ ਓਕੇ ਹੈ ਬਹੁਤ ਮੰਦਭਾਗੀ ਘਟਣਾ ਹੋ ਗਈ ਕੋਈ ਗੱਲ ਨਹੀਂ ਮੰਦਭਾਗੀ ਕਿਉਂਕਿ ਪੰਜਾਬ 'ਚ ਪਾਣੀ ਮੈਨੂੰ ਉਮੀਦ ਨਹੀਂ ਸੀ ਵੀ ਇਹ ਦਰਿਆ 'ਚ ਪਾਣੀ ਮੁੱਕ ਜੂਗਾ ਰਾੜਾ ਸਾਹਿਬ ਵਾਲਾ ਦਰਿਆ ਅੱਗੇ ਰਾੜਾ ਸਾਹਿਬ ਬਤਕਾਂ ਹੁੰਦੀਆਂ ਨੇ ਉਹਨਾਂ ਦਾ ਪਤਾ ਨਹੀਂ ਕੀ ਹਾਲ ਹੋਊਗਾ ਬਾਕੀ ਆਪਾਂ ਤੁਹਾਨੂੰ ਲੋਕੇਸ਼ਨ ਦੀ ਸੈਰ ਕਰਾਉਂਦੇ ਹਾਂ ਇੱਥੇ ਆਈ ਥਿੰਕ ਪੁਰਾਣੇ ਆਟੇ ਦੀ ਚੱਕੀ ਹੁੰਦੀ ਸੀ ਇਹ ਕਹਿੰਦੇ ਹੁੰਦੇ ਸੀਗੇ ਬਾਕੀ ਕਨਫਰਮ ਕਰਕੇ ਮੈਂ ਤੁਹਾਨੂੰ ਦੁਬਾਰਾ ਦੱਸੂਗਾ ਠੀਕ ਹੈ ਜੀ ਸੱਚ ਸੱਚ ਦੱਸ ਵੇ ਕਰ ਹੁਣ ਬਸ ਦੇ ਮੇਰੇ ਨਾਲ ਲੜ ਲੜ ਥੱਕਦਾ ਤੈਨੂੰ ਵਾਰ ਵਾਰ ਕਰਦੀਆਂ ਫੋਨ ਵਜੇ ਰਿੰਗ ਟੋਨ ਤੂੰ ਫੋਨ ਮੇਰਾ ਚੱਕਦਾ ਹੀ ਨਹੀਂ ਵਾਰ ਵਾਰ ਕਰਦੀਆਂ ਫੋਨ ਵਜੇ ਰਿੰਗ ਟੋਨ ਤੂੰ ਫੋਨ ਮੇਰਾ ਚੱਕਦਾ ਹੀ ਨਹੀਂ ਆਪਾਂ ਪਹੁੰਚ ਚੁੱਕੇ ਹਾਂ ਗੁਰਦੁਆਰਾ ਰਾੜਾ ਸਾਹਿਬ ਕਰੋ ਦਰਸ਼ਨ ਉੱਧਰ ਚੱਲੋ ਉੱਧਰ ਜਿੱਧਰ ਗੱਡੀ ਆ ਰਹੀ ਭਾਜੀ ਇੱਧਰ ਲਓ ਪਾਰਕਿੰਗ ਲੈਣਾ ਹੀ ਪੈਣਾ ਚਲੋ ਜੀ ਆਪਾਂ ਹੁਣ ਦਰਸ਼ਨ ਕਰਕੇ ਸਾਨੂੰ ਫਿਰ ਦੁਬਾਰਾ ਮਿਲ ਵਧੀਆ ਕੋਈ ਹੈ ਨਹੀਂ ਆਪਾਂ ਬੋਲ ਸਕੂੰਗਾ ਇਹ ਹੈ ਜੀ ਗੁਰਦੁਆਰਾ ਉਹਦਾ ਪੂਰਾ ਸਾਹਿਬ ਇੱਥੇ ਤੁਹਾਨੂੰ ਦਿਖਾਉਂਦੇ ਹਾਂ ਪੁਰਾਤਨ ਸ਼ਸਤਰ ਲੱਗੇ ਹੋਏ ਨੇ 24/8/1975 ਨੂੰ 9 ਫੁੱਟ ਡੂੰਘੇ ਰੇਤਲੇ ਟਿੱਬੇ ਖੁਦਾਈ 'ਚੋਂ ਸ਼ਸਤਰ ਮਿਲੇ ਸੀ ਮਹਾਰਾਜ ਦੇ ਸਤਨਾਮ ਸ਼੍ਰੀ ਵਾਹਿਗੁਰੂ ਲਓ ਜੀ ਆਪਾਂ ਹੈਗੇ ਹਾਂ ਇਸ ਟਾਈਮ ਗੁਰਦੁਆਰਾ ਫਲਾਈ ਸਾਹਿਬ ਫਲਾਈ ਸਾਹਿਬ ਇਹਦਾ ਨਾਂ ਕਿਉਂ ਪਿਆ ਇਹ ਤੁਹਾਨੂੰ ਪਤਾ ਕਰੇ ਬਾਅਦ ਦੱਸਾਂਗੇ ਆ ਦੇਖੋ ਇਸ ਫਲਾਈ ਸਾਹਿਬ ਗੁਰਦੁਆਰਾ ਦਾ ਨਾਮ ਤਾਂ ਪਿਆ ਸੀ ਇਹ ਜਿਹੜਾ ਪੇੜ ਸੀ ਮਹਾਰਾਜ ਨੇ ਉਸ ਟਾਈਮ 'ਤੇ ਘੋੜਾ ਬੰਨਿਆ ਸੀ ਉਹ ਫਲਾਹੀ ਦਾ ਪੇੜ ਸੀ ਫਲਾਹੀ ਦਾ ਦਰਖਤ ਸੀ ਫਿਰ ਇਹਨੂੰ ਫਲਾਈ ਸਾਹਿਬ ਗੁਰਦੁਆਰੇ ਨੂੰ ਨਾਮ ਦਿੱਤਾ ਗਿਆ ਲਿਖਿਆ ਇਤਿਹਾਸ 17 ਪੌਣ ਹੋਏ ਸੀਗੇ ਮਹਾਰਾਜ ਜਦੋਂ ਮਹਾਰਾਜ ਆ ਰਹੇ ਸੀਗੇ ਆਲਮਗੀਰ ਸਾਹਿਬ ਵੱਲ ਨੂੰ ਅਤੇ ਆ ਉਹ ਇਤਿਹਾਸਿਕ ਪੇੜ ਆ 1704 ਇਸ ਵਿੱਚ ਇਹ ਪੇੜ 'ਤੇ ਮਹਾਰਾਜ ਨੇ ਘੋੜਾ ਬੰਨਿਆ ਸੀਗਾ ਸਾਂਭ ਸੰਭਾਲ ਪੇੜ ਬਹੁਤ ਮਤਲਬ ਬਜ਼ੁਰਗ ਹੋ ਚੁੱਕਾ ਪੇੜ ਫਿਰ ਵੀ ਸਾਂਭ ਸੰਭਾਲ ਵਾਸਤੇ ਇਹਨਾਂ ਨੇ ਕੁਛ ਲੱਕੜਾਂ ਰੱਖੀਆਂ ਹੋਈਆਂ ਪੇੜ ਦੀਆਂ ਕਰੋ ਦਰਸ਼ਨ ਇਸ ਸਥਾਨ ਦਾ ਫਲਾਈ ਸਾਹਿਬ ਤਾਂ ਹੀ ਨਾਮ ਪਿਆ ਸੀ ਫਲਾਈ ਦਾ ਦਰਖਤ ਸੀ ਤਾਂ ਕਰਕੇ ਫਲਾਈ ਸਾਹਿਬ ਨਾਮ ਪਿਆ ਸੀ ਚਲੋ ਹੁਣ ਫਿਰ ਆਪਾਂ ਇੱਥੋਂ ਨਿਕਲਦੇ ਹਾਂ ਅਤੇ ਤੁਹਾਨੂੰ ਸਿੱਧਾ ਫਿਰ ਆਲਮਗੀਰ ਸਾਹਿਬ ਜਾ ਕੇ ਮਿਲਦੇ ਹਾਂ ਅਤੇ ਦਰਸ਼ਨ ਸਾਡੇ ਬਹੁਤ ਵਧੀਆ ਹੋ ਗਏ ਆਹ ਆਪਣੀ ਯੂਕੇ ਵਾਲੀ ਭੈਣ ਨੂੰ ਪੁੱਛਣਾ ਨੇ ਕਿੱਦਾਂ ਪਤਾ ਇਤਿਹਾਸ ਕਿੱਦਾਂ ਪੇੜ ਪਤਾ ਲੱਗ ਗਿਆ ਪਤਾ ਹੋਣਾ ਚਾਹੀਦਾ ਜਿੱਥੇ ਜਾ ਰਹੇ ਹਾਂ ਉਹਦੀ ਹਿਸਟਰੀ ਕੀ ਹੈ ਗੁਰਦੁਆਰਾ ਸਾਹਿਬ ਦੀ ਨਾ ਹਾਂ ਵੀ ਸੋਨੂ ਕੌਰ ਸਾਡੀ ਹਾਂ ਵੀ ਤੁਹਾਨੂੰ ਵੀ ਪਤਾ ਲੱਗ ਗਿਆ ਇਤਿਹਾਸ ਕੀ ਹੈ ਦੱਸੋ ਹੁਣ ਤੁਹਾਨੂੰ ਅਸੀਂ ਲੈ ਕੇ ਚੱਲਾਂਗੇ ਦਰਿਆ ਵੈਸੇ ਪਹਿਲਾਂ ਵੀ ਆਪਾਂ ਦਰਿਆ 'ਤੇ ਗਏ ਸੀ ਪਰ ਇੱਥੇ ਡਕਸ ਵਗੈਰਾ ਹੋਣਗੀਆਂ ਬਹੁਤ ਬਹੁਤ ਵਧੀਆ ਵਾਈਬ੍ਰੇਸ਼ਨਸ ਨੇ ਗੁਰਦੁਆਰਾ ਸਾਹਿਬ ਕਰਕੇ ਤੁਸੀਂ ਦੇਖੋ ਚਾਰੇ ਪਾਸੇ
ਘੁਮਾ ਦੇ ਚਾਰੇ ਪਾਸੇ ਹਰਿਆਲੀ ਕਿੰਨੀ ਆ। ਮੈਂ ਤੁਹਾਨੂੰ ਜ਼ਰੂਰ ਰਿਕਮੈਂਡ ਕਰੂੰਗਾ ਘੱਟੋ ਘੱਟ ਮਹੀਨੇ ਦੇ ਵਿੱਚ 2-3 ਵਾਰ ਆ ਜਾ ਕਰੋ ਟਾਈਮ ਕੱਢ ਕੇ, ਮਨ ਨੂੰ ਸ਼ਾਂਤੀ ਬਹੁਤ ਮਿਲਦੀ ਆ ਇਸ ਜਗ੍ਹਾ 'ਤੇ। ਚਲੋ ਹੁਣ ਆਪਾਂ ਚੱਲਦੇ ਹਾਂ ਬਾਹਰਲੇ ਪਾਸੇ। ਸਾਰਾ ਜਗ ਛੱਡ ਕੇ ਬਸ ਤੈਨੂੰ ਹੀ ਹੈ ਚੁੰਮਿਆ, ਸਾਰਾ ਜਗ ਛੱਡ ਕੇ ਬਸ ਤੈਨੂੰ ਹੀ ਹੈ ਚੁੰਮਿਆ। ਹੁਣ ਆਪਾਂ ਚੱਲੇ ਹਾਂ ਆਲਮਗੀਰ ਸਾਹਿਬ ਨੂੰ। ਪਹਿਲਾਂ ਸਾਨੂੰ ਦਿਖਾ ਸੀ ਪਿੰਡ ਦਾ ਰਸਤਾ, ਹੁਣ ਆਪਾਂ ਦਿਖਾਵਾਂਗੇ ਬਾਰੋ ਬਾਰ ਸ਼ਹਿਰ ਦਾ ਰਸਤਾ, ਯਾਨੀ ਕਿ ਮੇਨ ਹਾਈਵੇ। ਕੈਂਟ ਦੇ ਪਕੌੜੇ ਦੱਸੋ ਖਾਣੇ ਆ? ਮੈਂ ਤਾਂ ਖਾਣੇ ਨਹੀਂ, ਮੈਂ ਖਾ ਲੂੰਗਾ। ਚਲੋ ਫਿਰ, ਚਲੋ ਪਹਿਲਾਂ ਆਪਾਂ ਕੈਂਟ ਦੇ ਪਕੌੜੇ ਖਾਣ ਚਲਦੇ ਹਾਂ, ਮਸ਼ਹੂਰ ਕੈਂਟ ਦੇ ਪਕੌੜੇ। ਬਹੁਤ ਸਵਾਦ ਆ ਕੈਂਟ ਦੇ ਪਕੌੜੇ। ਸਾਡੀ ਯੂਕੇ ਵਾਲੇ ਭੈਣ ਨੂੰ ਫੋਨ ਨੇ ਕੈਂਟ ਦੇ ਪਕੌੜੇ। ਆਪਾਂ ਕੈਂਟ ਦੇ ਪਕੌੜੇ ਲਏ ਖਾ, ਪਿੱਛੇ ਦੇਖ ਲਓ ਕੈਂਟ ਆ, ਤੇ ਉਹ ਭਾਜੀ ਗਏ ਆ ਗੱਡੀ ਲੈਣ, ਗੱਡੀ ਲੈ ਕੇ ਆਉਂਦੇ ਆ, ਫਿਰ ਆਪਾਂ ਚੱਲੇ ਪਾਉਂਦੇ ਹਾਂ ਸਿੱਧਾ ਆਲਮਗੀਰ ਸਾਹਿਬ। ਤੁਹਾਨੂੰ ਹੁਣ ਸਿੱਧਾ ਉੱਥੇ ਜਾ ਕੇ ਮਿਲਾਂਗੇ। ਓਕੇ ਬਾਏ ਬਾਏ। ਮੌਸਮ ਵੀ ਹੋਇਆ ਸੀ ਹਸੀਨ ਮੁੰਡਿਆ, ਪਿਆਰ ਵਾਲੀ ਦੋਨਾਂ ਵਿੱਚ ਗੱਲ ਚੱਲਦੀ, ਰੋਮੈਂਟਿਕ ਜਾਂ ਗੱਲ ਦਾ ਸੀ ਸੀਨ ਮੁੰਡਿਆ। ਤੂੰ ਜਦ ਆਵੇ ਮੇਰੇ ਕੋਲ ਦਿਲ ਵਿੱਚ ਪੈਣ ਹੌਲੇ, ਤੂੰ ਆਵੇ ਜਦ ਕੋਲ ਦਿਲ ਵਿੱਚ ਪੈਣ ਹੌਲੇ, ਝੱਟ ਖੁੱਲੀ ਮੇਰੀ ਅੱਖ ਮੁੰਡਿਆ। ਲੋ ਜੀ ਆਪਾਂ ਪਹੁੰਚ ਚੁੱਕੇ ਹਾਂ ਆਲਮਗੀਰ ਸਾਹਿਬ, ਆ ਗੋਲਗੱਪੇ ਯਾਦਵ ਦੇ ਸਾਹਮਣੇ ਆਲਮਗੀਰ ਸਾਹਿਬ ਆ। ਗੱਡੀ ਆਪਾਂ ਲਾਵਾਂਗੇ ਗੱਡੀ ਅੰਦਰ, ਇੱਧਰ 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 ਅੱਗੋ ਹੈਗੀ ਆ ਮਾਰਕੀਟ। ਲੈ ਰੁਮਾਲ ਰੁਮਾਲ ਰੁਮਾਲ, 15 ਰੁਪਏ 15 ਰੁਪਏ 15 ਰੁਪਏ, ਬੜਾ ਓ ਝੂਲੇ ਝੂਲੇ ਝੂਲੇ, ਜਵਾਕਾਂ ਦੇ ਝੂਲੇ, ਵਾਹ। ਨਹੀਂ ਤੁਸੀਂ ਨੀ ਲੈ ਸਕਦੇ, ਇੱਥੇ ਹੀ ਲਾ ਦੇ ਬਸ। ਚਲੋ ਜੀ ਹੁਣ ਆਪਾਂ ਚੱਲਾਂਗੇ ਅੰਦਰ ਗੁਰਦੁਆਰਾ ਆਲਮਗੀਰ ਸਾਹਿਬ। ਬਹੁਤ ਚੇਂਜ ਹੋ ਗਿਆ, ਪਹਿਲਾਂ ਦੇਖ ਘਰ ਪੁਰਾਣਾ ਉੱਧਰ ਸੀਗਾ ਅਤੇ ਹੁਣ ਦੇਖ ਘਰ ਪੁਰਾਣਾ ਇੱਧਰ ਆ, ਅਤੇ ਜੋੜਾ ਘਰ ਪੁਰਾਣਾ ਉੱਧਰ ਹੁੰਦਾ ਸੀਗਾ ਐਂਟਰੈਂਸ ਵੱਲੋਂ, ਹੁਣ ਇਹਨਾਂ ਨੇ ਜੋੜਾ ਘਰ ਕਰਤਾ ਇੱਧਰ। ਅਤੇ ਆ ਮੈਡਮ ਆ ਗਈ ਦੇਖ ਲੈ ਗਏ, ਚਲੋ। ਅਤੇ ਦਰਬਾਰ ਸਾਹਿਬ ਪੁਰਾਣਾ ਤੋਂ ਨਵਾਂ ਬਣ ਚੁੱਕਾ ਵਾ, ਕਈ ਜਣਿਆਂ ਨੂੰ ਪਤਾ ਵਾ, ਬਟ ਆਪਾਂ ਪਹਿਲੀ ਵਾਰ ਆਏ ਹਾਂ। ਦੇਖੋ ਕਿੰਨਾ ਸੋਹਣਾ ਮਹਾਰਾਜ ਦਾ ਦਰਬਾਰ।
सही सलामत घर दर्शन हो गए गुरुद्वारा साहब के बहुत वधिया हूँ आप इत्थे कर लगे वीडियो नू एंड जे ब्लॉग वधिया लग्या तां लाइक सबसक्राइब चैनल नू शेयर कमेंट जरूर करो हूँ आप मिलेंगे किसी अगली वीडियो च ओके बाय बाय। वाली जीत भले आ जाए मौत अब हुआ कामयाब ना बचा किस